ਸਾਨੂੰ 31 ਮਹੀਨਿਆਂ ਤੋਂ ਲਗਾਤਾਰ ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਸਟਾਫ ਨੂੰ ਸਾਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ। ਅੱਜ ਸਾਡੇ ਕੋਲ ਇਸ ਵਿਸ਼ੇ ਤੇ ਗੱਲ ਕਰਨ ਵਾਸਤੇ ਹਰਪਾਲ ਚਿੰਮਾ ਜੀ ਤੇ ਵਕੀਲ ਸਾਹਿਬ ਆਏ ਨੇ ਜੀ, ਆਪਣੇ ਲਹਿਰਾ ਸ਼ਹਿਰ ਦੇ ਲੀਡਰਸ਼ਿਪ ਦੇ ਵਿੱਚੋਂ ਇੱਕ ਨਾਮ ਹੈ ਇਹਨਾਂ ਦਾ। ਤੇ ਅਸੀਂ ਜਿਹੜੀ ਹੁਣ ਆਪਣੀ ਇਹ ਦਰਖਾਸਤ ਹੈ ਜੀ, ਅਸੀਂ ਢੀਂਡਸਾ ਸਾਹਿਬ ਕੋਲ, ਆਪਣਾ ਖੁਦਨੀ ਜੀ ਕੋਲ, ਭਗਵੰਤ ਮਾਨ ਜੀ ਕੋਲ, ਚਿੰਮਾ ਸਾਹਿਬ ਕੋਲ, ਬੀਬੀ ਪੱਠਲ ਕੋਲ, ਚੰਨੀ ਕੋਲ, ਅਸੀਂ ਇੰਨੀ ਵਾਰ ਆਪਣੀ ਦਰਖਾਸਤ ਲੈ ਕੇ ਗਏ ਹਾਂ ਜੀ। ਹੁਣ ਅਸੀਂ ਇਹਨਾਂ ਚੀਜ਼ਾਂ ਤੋਂ ਥੱਕ ਚੁੱਕੇ ਹਾਂ, ਅਸੀਂ ਝੂਠੇ ਲਾਰਿਆਂ ਤੋਂ ਥੱਕ ਚੁੱਕੇ ਹਾਂ। ਹਰ ਵਾਰ ਸਾਨੂੰ ਆਸ਼ਵਾਸਨ ਦਿੱਤਾ ਗਿਆ ਵੀ ਤੁਹਾਡਾ ਕੰਮ ਹੋ ਰਿਹਾ, ਤੁਹਾਡਾ ਕੰਮ 15 ਤਰੀਕ ਨੂੰ ਹੋਜੂ, ਫਿਰ ਉਸ ਤੋਂ ਬਾਅਦ 15 ਤਰੀਕ ਦੀ ਮੀਟਿੰਗ ਕੈਂਸਲ ਹੁੰਦੀ ਹੈ, ਤੁਹਾਡਾ ਕੰਮ 25 ਤਰੀਕ ਨੂੰ ਹੋਜੂ। ਇਸੇ ਤਰੀਕੇ ਨਾਲ ਟਾਈਮ ਟਪਾਉਂਦੇ ਟਪਾਉਂਦੇ ਜੀ ਇਹਨਾਂ ਨੇ ਸਾਡੇ 2.5 ਸਾਲ ਕੱਢਤੇ। ਸਾਡੇ ਪੜ੍ਹੇ ਲਿਖੇ ਹੋਣ ਦਾ ਇਹਨਾਂ ਨੇ ਪੂਰਾ ਫਾਇਦਾ ਚੱਕਿਆ ਵੀ ਜਦੋਂ ਇਹ ਸਾਨੂੰ ਇੱਕ ਮੀਟਿੰਗ ਦਾ ਕਾਗਜ਼ ਭੇਜ ਦਿੰਦੇ ਸੀ, ਅਸੀਂ ਉਹ ਮੀਟਿੰਗ ਦਾ ਕਾਗਜ਼ ਦੇਖ ਕੇ ਸਾਨੂੰ ਇਹ ਤਸੱਲੀ ਹੋ ਜਾਂਦੀ ਵੀ ਸ਼ਾਇਦ ਇਸ ਮੀਟਿੰਗ ਦੇ ਵਿੱਚ ਸਾਡਾ ਹੱਲ ਹੋਜੂ। ਔਰ ਸਾਨੂੰ ਇਹ ਡਰ ਵੀ ਪਿੱਛੋਂ ਦਿਖਾਇਆ ਜਾਂਦਾ ਸੀ ਜੀ, ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਬੰਦੇ ਆ ਕੇ ਸਾਨੂੰ ਡਰਾ ਕੇ ਜਾਂਦੇ ਸੀ ਵੀ ਜੇ ਤੁਸੀਂ ਕੋਈ ਹੋਰ ਸਟੈਪ ਚੱਕਿਆ ਤਾਂ ਉਹ ਆਪਣਾ ਕੰਮ ਰੁਕਵਾ ਦਾਂਗੇ, ਆਪਣਾ ਕੰਮ ਨਹੀਂ ਹੋਣਾ। ਅਸੀਂ ਉਸ ਡਰ ਦੇ ਮਾਰੇ ਵੀ ਆਪਣੇ 2.5 ਸਾਲ ਟਪਾਤੇ, ਬਟ ਹੁਣ ਸਾਡਾ ਜਿਹੜਾ ਪਾਣੀ ਹੈ ਸਿਰ ਤੋਂ ਉੱਪਰ ਦੀ ਹੋ ਚੁੱਕਿਆ ਜੀ। ਸਾਡੇ ਬੱਚੇ ਭੁੱਖੇ ਮਰ ਰਹੇ ਨੇ, ਸਾਡੇ ਪਰਿਵਾਰ ਭੁੱਖੇ ਮਰ ਰਹੇ ਨੇ। ਹੁਣ ਅਸੀਂ ਕਰੋ ਜਾਂ ਮਰੋ ਦੀ ਨੀਤੀ 'ਤੇ ਆ ਗਏ। ਹੁਣ ਅਸੀਂ ਤਾਂ ਇੱਕ ਗੱਲ ਕਹਿੰਦੇ ਹਾਂ ਵੀ ਜਾਂ ਤਾਂ ਸਾਡਾ ਕੰਮ ਕਰ ਦਿਓ, ਸਾਨੂੰ ਸਾਡੀਆਂ ਤਨਖਾਹ ਜਾਰੀ ਕਰ ਦਿਓ, ਜਾਂ ਫਿਰ ਸਾਨੂੰ ਗੋਲੀ ਮਾਰ ਦਿਓ। ਜੇ ਚੋਣ ਜ਼ਾਬਤੇ ਤੋਂ ਪਹਿਲਾਂ ਸਾਡੀਆਂ ਤਨਖਾਹ, ਸਾਨੂੰ 31 ਮਹੀਨਿਆਂ ਤੋਂ ਲਗਾਤਾਰ ਬਾਬਾ ਹੀਰਾ ਸਿੰਘ ਪੱਠਲ ਕਾਲਜ ਦੇ ਸਟਾਫ ਨੂੰ ਸਾਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਜੀ। ਅੱਜ ਸਾਡੇ ਕੋਲ ਇਸ ਵਿਸ਼ੇ ਤੇ ਗੱਲ ਕਰਨ ਵਾਸਤੇ ਹਰਪਾਲ ਚਿੰਮਾ ਜੀ ਤੇ ਵਕੀਲ ਸਾਹਿਬ ਆਏ ਨੇ ਜੀ, ਆਪਣੇ ਲਹਿਰਾ ਸ਼ਹਿਰ ਦੇ ਲੀਡਰਸ਼ਿਪ ਦੇ ਵਿੱਚੋਂ ਇੱਕ ਨਾਮ ਹੈ ਇਹਨਾਂ ਦਾ। ਤੇ ਅਸੀਂ ਜਿਹੜੀ ਹੁਣ ਆਪਣੀ ਇਹ ਦਰਖਾਸਤ ਹੈ ਜੀ, ਅਸੀਂ ਢੀਂਡਸਾ ਸਾਹਿਬ ਕੋਲ, ਆਪਣਾ ਖੁਦਨੀ ਜੀ ਕੋਲ, ਭਗਵੰਤ ਮਾਨ ਜੀ ਕੋਲ, ਚਿੰਮਾ ਸਾਹਿਬ ਕੋਲ, ਬੀਬੀ ਪੱਠਲ ਕੋਲ, ਚੰਨੀ ਕੋਲ, ਅਸੀਂ ਇੰਨੀ ਵਾਰ ਆਪਣੀ ਦਰਖਾਸਤ ਲੈ ਕੇ ਗਏ ਹਾਂ ਜੀ। ਹੁਣ ਅਸੀਂ ਇਹਨਾਂ ਚੀਜ਼ਾਂ ਤੋਂ ਥੱਕ ਚੁੱਕੇ ਹਾਂ, ਅਸੀਂ ਝੂਠੇ ਲਾਰਿਆਂ ਤੋਂ ਥੱਕ ਚੁੱਕੇ ਹਾਂ। ਹਰ ਵਾਰ ਸਾਨੂੰ ਆਸ਼ਵਾਸਨ ਦਿੱਤਾ ਗਿਆ ਵੀ ਤੁਹਾਡਾ ਕੰਮ ਹੋ ਰਿਹਾ, ਤੁਹਾਡਾ ਕੰਮ 15 ਤਰੀਕ ਨੂੰ ਹੋਜੂ, ਫਿਰ ਉਸ ਤੋਂ ਬਾਅਦ 15 ਤਰੀਕ ਦੀ ਮੀਟਿੰਗ ਕੈਂਸਲ ਹੁੰਦੀ ਹੈ, ਤੁਹਾਡਾ ਕੰਮ 25 ਤਰੀਕ ਨੂੰ ਹੋਜੂ। ਇਸੇ ਤਰੀਕੇ ਨਾਲ ਟਾਈਮ ਟਪਾਉਂਦੇ ਟਪਾਉਂਦੇ ਜੀ ਇਹਨਾਂ ਨੇ ਸਾਡੇ 2.5 ਸਾਲ ਕੱਢਤੇ। ਸਾਡੇ ਪੜ੍ਹੇ ਲਿਖੇ ਹੋਣ ਦਾ ਇਹਨਾਂ ਨੇ ਪੂਰਾ ਫਾਇਦਾ ਚੱਕਿਆ ਵੀ ਜਦੋਂ ਇਹ ਸਾਨੂੰ ਇੱਕ ਮੀਟਿੰਗ ਦਾ ਕਾਗਜ਼ ਭੇਜ ਦਿੰਦੇ ਸੀ, ਅਸੀਂ ਉਹ ਮੀਟਿੰਗ ਦਾ ਕਾਗਜ਼ ਦੇਖ ਕੇ ਸਾਨੂੰ ਇਹ ਤਸੱਲੀ ਹੋ ਜਾਂਦੀ ਵੀ ਸ਼ਾਇਦ ਇਸ ਮੀਟਿੰਗ ਦੇ ਵਿੱਚ ਸਾਡਾ ਹੱਲ ਹੋਜੂ। ਔਰ ਸਾਨੂੰ ਇਹ ਡਰ ਵੀ ਪਿੱਛੋਂ ਦਿਖਾਇਆ ਜਾਂਦਾ ਸੀ ਜੀ, ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਬੰਦੇ ਆ ਕੇ ਸਾਨੂੰ ਡਰਾ ਕੇ ਜਾਂਦੇ ਸੀ ਵੀ ਜੇ ਤੁਸੀਂ ਕੋਈ ਹੋਰ ਸਟੈਪ ਚੱਕਿਆ ਤਾਂ ਉਹ ਆਪਣਾ ਕੰਮ ਰੁਕਵਾ ਦਾਂਗੇ, ਆਪਣਾ ਕੰਮ ਨਹੀਂ ਹੋਣਾ। ਅਸੀਂ ਉਸ ਡਰ ਦੇ ਮਾਰੇ ਵੀ ਆਪਣੇ 2.5 ਸਾਲ ਟਪਾਤੇ, ਬਟ ਹੁਣ ਸਾਡਾ ਜਿਹੜਾ ਪਾਣੀ ਹੈ ਸਿਰ ਤੋਂ ਉੱਪਰ ਦੀ ਹੋ ਚੁੱਕਿਆ ਜੀ। ਸਾਡੇ ਬੱਚੇ ਭੁੱਖੇ ਮਰ ਰਹੇ ਨੇ, ਸਾਡੇ ਪਰਿਵਾਰ ਭੁੱਖੇ ਮਰ ਰਹੇ ਨੇ। ਹੁਣ ਅਸੀਂ ਕਰੋ ਜਾਂ ਮਰੋ ਦੀ ਨੀਤੀ 'ਤੇ ਆ ਗਏ। ਹੁਣ ਅਸੀਂ ਤਾਂ ਇੱਕ ਗੱਲ ਕਹਿੰਦੇ ਹਾਂ ਵੀ ਜਾਂ ਤਾਂ ਸਾਡਾ ਕੰਮ ਕਰ ਦਿਓ, ਸਾਨੂੰ ਸਾਡੀਆਂ ਤਨਖਾਹ ਜਾਰੀ ਕਰ ਦਿਓ, ਜਾਂ ਫਿਰ ਸਾਨੂੰ ਗੋਲੀ ਮਾਰ ਦਿਓ। ਜੇ ਚੋਣ ਜ਼ਾਬਤੇ ਤੋਂ ਪਹਿਲਾਂ ਸਾਡੀਆਂ ਤਨਖਾਹਾਂ ਜਾਰੀ ਨਹੀਂ ਹੁੰਦੀਆਂ ਤਾਂ ਇੱਥੇ ਲਹਿਰੇ ਦੇ ਵਿੱਚ ਜੀ ਉਰੇ ਮੌਤ ਦਾ ਤਾਂਡਵ ਹੋਊਗਾ ਜੀ। ਸਾਡੇ ਸਟਾਫ ਮੈਂਬਰ ਨੇ ਜਿਹੜੇ ਜ਼ਿਆਦਾ ਫਾਹੇ ਲੈ ਲੈ ਮਰਨਗੇ ਜਾਂ ਨਹਿਰ 'ਚ ਛਾਲਾਂ ਮਾਰਨਗੇ। ਔਰ ਇਸ ਦੀ ਸਾਰੀ ਜ਼ਿੰਮੇਵਾਰ ਜਿੰਨੀ ਲੀਡਰਸ਼ਿਪ ਹੈ, ਜਿੰਨੀਆਂ ਪਾਰਟੀਆਂ ਨੇ, ਉਹ ਸਾਰੇ ਲੀਡਰ ਹੋਣਗੇ। ਬਾਬਾ ਹੀਰਾ ਸਿੰਘ ਪੱਠਲ ਜਿਹੜਾ ਕਾਲਜ ਆ, ਇੰਜੀਨੀਅਰਿੰਗ ਕਾਲਜ ਆ, ਲਗਭਗ ਉਹਦੇ 31 ਮਹੀਨਿਆਂ ਤੋਂ ਉਹਨਾਂ ਦੇ ਮੁਲਾਜ਼ਮਾਂ ਨੂੰ, ਪ੍ਰੋਫੈਸਰਾਂ ਨੂੰ, ਸਾਰੇ ਸਟਾਫ ਨੂੰ ਤਨਖਾਹ ਨਹੀਂ ਮਿਲੀ ਹੈਗੀ। ਪਹਿਲਾਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਦੋਂ ਟੈਕਨੀਕਲ ਮਿਨਿਸਟਰ ਸੀ ਉਦੋਂ ਕਹਿੰਦੇ ਸੀਗੇ ਕਿ ਕੈਪਟਨ ਸਾਹਿਬ ਮੇਰੀ ਫਾਈਲ ਨੂੰ ਅਪਰੂਵ ਨਹੀਂ ਕਰਦਾ, ਮੈਂ ਬਿਲਕੁਲ ਰੈਡੀ ਹਾਂ, ਮੈਂ ਫਾਈਲ ਬਣਾ ਕੇ ਭੇਜਤੀ। ਹੁਣ ਜਦੋਂ ਆਪ CM ਬਣ ਗਏ, ਹੁਣ ਉਹੀ ਫਾਈਲ ਉਹਨਾਂ ਨੇ ਆਪਣੇ ਹੱਥਾਂ ਨਾਲ ਜਿਹੜੀ ਆ ਰਿਜੈਕਟ ਕੀਤੀ ਆ। ਸੋ ਮੈਂ ਸਮਝਦਾ ਬਹੁਤ ਵੱਡਾ ਬੇਇਨਸਾਫੀ ਜਿਹੜੀ ਆ ਇਹਨਾਂ ਮੁਲਾਜ਼ਮਾਂ ਦੇ ਨਾਲ ਹੋ ਰਹੀ ਆ। ਅਸੀਂ ਡਟ ਕੇ ਇਹਨਾਂ ਦੇ ਨਾਲ ਆ। ਮੇਰੀ ਸਰਕਾਰ ਤੋਂ ਮੰਗ ਆ ਕਿ ਤੁਰੰਤ 31 ਮਹੀਨੇ ਦੀ ਪੇ ਆ ਇਹਨਾਂ ਦੀ ਤੁਰੰਤ ਜਾਰੀ ਕੀਤੀ ਜਾਵੇ। ਜਦੋਂ ਕੈਪਟਨ ਸਾਹਿਬ ਆਪ ਮੁੱਖ ਮੰਤਰੀ ਸੀ, ਉਹਨਾਂ ਨੇ ਕਿਹਾ ਮੈਂ ਚਲਾਊਂਗਾ ਕਾਲਜ ਨੂੰ, ਕਾਲਜ ਚੱਲਦਾ ਰਹੂਗਾ, ਪਰ ਲੇਕਿਨ ਉਹ ਆਪ ਉਹਨਾਂ ਦੀ ਜਿਹੜੀ ਆ ਕੁਰਸੀ ਚਲੀ ਗਈ। ਉਦੋਂ ਬਾਅਦ ਨਵੇਂ CM ਸਾਹਿਬ ਆ ਗਏ, ਨਵੇਂ CM ਸਾਹਿਬ ਜਿਹੜੇ ਪਹਿਲਾਂ ਟੈਕਨੀਕਲ ਮਿਨਿਸਟਰ ਸੀਗੇ, ਜਿਹੜੇ ਇਸ ਕਾਲਜ ਦੇ ਮਿਨਿਸਟਰ ਸੀ, ਮੈਂ ਸਮਝਦਾ ਦੇਖਦੇ ਸੀਗੇ। ਸੋ ਅੱਜ ਉਹ ਆਪਣੀ ਜਿਹੜਾ ਵਾਅਦੇ ਤੋਂ ਮੁੱਕਰ ਗਏ ਨੇ। ਸੋ ਚੰਨੀ ਸਾਹਿਬ ਜਿੰਨੀਆਂ ਵੀ ਗੱਲਾਂ ਕਰਦੇ ਸਾਰੀਆਂ ਝੂਠੀਆਂ ਕਰਦੇ ਨੇ। ਮੈਂ ਸਮਝਦਾ ਇਹਨਾਂ ਮੁਲਾਜ਼ਮਾਂ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ, ਬੇਇਨਸਾਫੀ ਹੋ ਰਹੀ ਆ। ਸਾਰੇ ਮੁਲਾਜ਼ਮ ਤਨਖਾਹ ਜਿਹੜੀ ਆ ਉਹ ਸਰਕਾਰ ਤੁਰੰਤ ਜਾਰੀ ਕਰੇ। ਦੇਖੋ ਸਾਡੀ ਸਰਕਾਰ ਆਉਂਦੀ ਹੈ ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਦਾ ਬੜਾ ਸਪਸ਼ਟ ਆ ਕਿ ਅਸੀਂ ਐਜੂਕੇਸ਼ਨ ਵੱਲ, ਅਸੀਂ ਐਜੂਕੇਸ਼ਨ ਵੱਲ, ਚਾਹੇ ਉਹ ਟੈਕਨੀਕਲ ਐਜੂਕੇਸ਼ਨ ਆ ਚਾਹੇ ਦੂਜੀ ਐਜੂਕੇਸ਼ਨ ਆ, ਸਾਰੀ ਵੱਲ ਪਹਿਲ ਦੇ ਆਧਾਰ 'ਤੇ ਧਿਆਨ ਦੇਵਾਂਗੇ। ਸਾਡਾ ਮਾਡਲ ਹੀ ਇਹ ਆ, ਦਿੱਲੀ ਵਿੱਚ ਵੀ ਇਹੀ ਆ, ਸਾਡੀ ਪਾਰਟੀ ਦਾ ਨਿਸ਼ਾਨਾ ਵੀ ਇਹੀ ਆ ਕਿ ਲੋਕਾਂ ਨੂੰ ਅੱਛੀ ਜਿਹੜੀ ਐਜੂਕੇਸ਼ਨ ਮਿਲੇ, ਔਰ ਐਜੂਕੇਸ਼ਨ ਦੇ ਜਿੰਨੇ ਪ੍ਰੋਫੈਸਰ ਨੇ, ਟੀਚਰ ਨੇ, ਉਹ ਅੱਛੀ ਐਜੂਕੇਸ਼ਨ ਜਿਹੜੀ ਆ ਦੇਣਗੇ। ਉਹਨਾਂ ਨੂੰ ਤਾਂ ਦੇਣਗੇ ਜੇਕਰ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ, ਜੇਕਰ ਉਹਨਾਂ ਨੂੰ ਭੱਤਾ ਮਿਲੂਗਾ ਤਾਂ ਹੀ ਦੇਣਗੇ। ਸੋ ਇਸ ਗੱਲ ਕਿ ਸਾਡੀ ਤਾਂ ਐਜੂਕੇਸ਼ਨ ਤਾਂ ਸਾਡੀ ਪਹਿਲੀ ਪ੍ਰਾਇਓਰਟੀ ਆ।
बिल्कुल कई बार मैं प्रेस कॉन्फ्रेंस अपना प्रेस के राही मीडिया के राही जो मुद्दा उठाया गया और विधानसभा सवाल लाया सी सरकार ने उस सवाल जो विधानसभा टेबल नहीं किया। ये बाबा हीरा सिंह भट्ठल कॉलेज के 105 मुलाजम जिन्हों पिछले 3 साल तो कोई तनखा नहीं मिली, ये अपना इत्थे दुख प्रगट करन दे लई प्रोटेस्ट करन दे लई इत्थे धरने ते बैठे आ। तो किड्डी हैरानी दी ते किड्डे दुख की गल आ, क्योंकि मुलाजम जो है इन्हां 5 तरीक महीने की बड़ी मुश्किल नाल आउंदी आ। इन्हां दा बजट पहला बनिया हुंदा कि असीं अपने राशन वाले दे पैसे देने ने, किसी ने किराए दे पैसे देने ने, किसी ने कोई इंस्टॉलमेंट अदा करनी हुंदी है, पर पिछले 3 साल तो तनखा ना मिलना और 3 साल तो ये रेगुलर काम कर रहे ने, एक किड्डे बड़े दुख की गल है। पर कोई सरकार का इस वाल पासे ध्यान नहीं है। इन्हां लोकां ने सीएम तक भी पहुँच की, कंसर्न मंत्री तक पहुँच की, ओपोजिशन लीडर तक पहुँच की, हल्के दे MLA ढींडसा साहब ने उन्हां लवे पहुँच की। मेरा कहन तो भाव हर बंदे कोले जाके ये रोए, पर किसी ने इन्हां दी बाणी फड़ी। तो होर भी देखो किड्डी वड्डी हैरानी की गल है कि एज टैक्नीकल एजुकेशन मिनिस्टर चरणजीत सिंह चन्नी थे जदों उन्होंने फाइल रिकमेंड की CM साहब ने, तो इन्हों कहा गया कि मैं तो करता तो CM साहब वालों नहीं होया, पर अज वो CM बन गए। अज उही फाइल जिहड़ी इन्होंने आप रिकमेंड की हुई थी अज वो रिजैक्ट करती। क्यों रिजैक्ट की? कहते फाइनेंस ज़्यादा हो गया। हुण एक पासे तो सरकार गल्लां कर रही है, रोज़ करोड़ों रुपयां दे इश्तिहार भी जा रहे हैं, करोड़ों रुपयां दीआं गल्लां कीतीआं जा रहीआं ने कि असीं सारे बिजली दे बिल माफ़ करते, हर वर्ग नूं असीं सहूलतां देतीआं, असीं किसानी कर्जे माफ़ करते। तो फिर इस कॉलेज पिछे कित्थे कोई सारी फंड खत्म हो गए? 105 परिवारों का जिहड़ा एक भविख दौ ते लग्गिआ होइआ है, ये सरकार नूं सोचना चाहीदा है। इन्हां दी मैं बड़ी हैरानी, इन्हां नूं शाबाशी भी दिंदा इस गल दी वी किस लोट किस तरीके दे नाल ये बेचारे कितों कर्जा लैके कितों उधार सुधार फड़ के अपने बच्चों का पेट पाल रहे ने। सो सरकार नूं तुरंत बिना किसी देरी तो इन्हां दी जिहड़ी तनखा है 3 साल की वह रिलीज करनी चाहीदी आ, इन्हां नूं राहत देनी चाहीदी आ। जे सरकार नूं लगदा कि असीं तनखाह नहीं दे सकते, कॉलेज नहीं चला सकते, इन्हां दीआं पिछलां तनखाह देण, इस कॉलेज नूं बंद करन जे सरकार समझदी है। वैसे असीं तां इह गल कहांगे क्योंकि एजुकेशन प्लस मेडिकल फैसिलिटीज़ सरकार दीआं दो मुढ़लियां जिहड़ियां ने, ये बुनियादी सहूलतां देनियां बनदियां ने सरकार दीआं। तो इस गल तो यह नहीं है कि इन्हां तो कोई नफा कमाउणा साने, जे कॉलेज घाटे दे विच चल रहा है तो कॉलेज तो घाटे दे विच ही चल देंदे ने, हुण हस्पतालां तो क्या कमाई हुंदी है? सरकार इस कॉलेज नूं चलावे, जे किते बेबसी है तो इन्हां दीआं तनखाहां दे के सारे मुलाजमान नूं किते होर एडजस्ट किया जाए, तो इन्हां दीआं तनखाहां छेती रिलीज करके इन्हां लोकां नूं राहत दित्ती जाए।